ਸਤਿ ਸ੍ਰੀ ਅਕਾਲ ਜੀ। ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖਬਰ ਤੇ ਨਜ਼ਰ ਡਾਕਟਰ ਹਰਜਿੰਦਰ ਵਾਲੀਆ ਸ਼ੋਅ ਦੇ ਵਿੱਚ। ਮੈਂ ਹਾਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰ ਲੈਂਦੇ ਹਾਂ। ਡਾਕਟਰ ਸਾਹਿਬ ਜੀ ਬਹੁਤ ਸਵਾਗਤ ਹੈ ਆਪ ਜੀ ਦਾ ਸਟੂਡੀਓ ਦੇ ਵਿੱਚ। ਸ਼ੁਕਰੀਆ ਡਾਕਟਰ ਸਾਹਿਬ ਜੀ। ਅਸੀਂ ਅੱਜ ਦੀਆਂ ਖਬਰਾਂ ਦੀ ਸ਼ੁਰੂਆਤ ਕਰੀਏ ਤਾਂ ਦਿਆਲ ਸਿੰਘ ਕਾਲਜ ਜੋ ਦਿੱਲੀ, ਉਸ ਦਾ ਨਾਮ ਨਹੀਂ ਬਦਲਿਆ ਜਾਵੇਗਾ, ਇਹ ਐਲਾਨ ਕੀਤਾ ਹੈ HRD ਮਿਨਿਸਟਰ ਪ੍ਰਕਾਸ਼ ਜਾਵੜੇਕਰ ਨੇ। ਉਹ ਨਹੀਂ, ਉਹ ਐਲਾਨ ਨਹੀਂ ਕੀਤਾ ਤਾਂ ਪ੍ਰੈਸ਼ਰ ਹੀ ਇੰਨਾ ਉੱਤੇ ਸੀ ਜੀ, ਕਿਉਂਕਿ ਇਸ ਤੋਂ ਪਹਿਲਾਂ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਕਿਹਾ ਸੀ, ਜਦੋਂ ਪਿਛਲੀ ਵਾਰ ਅਮਿਤਾਭ ਸਿਨਹਾ ਹੈ ਜਿਹੜੇ ਉੱਥੋਂ ਦੇ ਚੇਅਰਮੈਨ ਨੇ, ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਸੀ ਕਿ ਇਹਦਾ ਨਾਮ ਬਦਲ ਦਈਏ। ਔਰ ਉਦੋਂ ਫਿਰ ਦਿੱਲੀ ਮੈਨੇਜਮੈਂਟ, ਗੁਰਦੁਆਰਾ ਮੈਨੇਜਮੈਂਟ ਜੀ ਔਰ ਹੋਰ ਸਾਰੀਆਂ ਸਿੱਖ ਜਥੇਬੰਦੀਆਂ, ਪੰਜਾਬੀ ਬੁੱਧੀਜੀਵੀ ਸਾਰੇ ਇਕੱਠੇ ਹੋ ਕੇ ਇਹਨਾਂ ਨੇ ਵਿਰੋਧ ਕੀਤਾ। ਔਰ ਇੱਕ ਸਾਡੇ ਕੋਲ ਤਰਕ ਇਹ ਵੀ ਸੀ, ਜਿਹੜਾ ਅਪੋਜੀਸ਼ਨ ਪਾਰਟੀਜ਼ ਵੱਲੋਂ ਵੀ, ਸੁਖਪਾਲ ਖਹਿਰਾ ਵੱਲੋਂ ਵੀ ਉਠਾਇਆ ਗਿਆ, ਹੋਰ ਬਹੁਤ ਸਾਰੇ ਲੋਕਾਂ ਨੇ ਉਠਾਇਆ ਕਿ ਦਿਆਲ ਸਿੰਘ ਮਜੀਠੀਆ ਜਿਹੜੇ ਟ੍ਰਿਬਿਊਨ ਦੇ ਸੰਸਥਾਪਕ ਨੇ, ਉਹਨਾਂ ਦੇ ਨਾਂ 'ਤੇ ਲਾਹੌਰ ਦੇ ਵਿੱਚ ਜਿਹੜਾ ਕਾਲਜ ਚੱਲ ਰਿਹਾ ਅਤੇ ਲਾਇਬ੍ਰੇਰੀ ਚੱਲ ਰਹੀ ਹੈ, ਉਹ ਮੈਂ ਖੁਦ ਦੇਖੀ ਹੈ, ਉਹਦਾ ਨਾਂ ਹਲੇ ਵੀ ਦਿਆਲ ਸਿੰਘ ਮਜੀਠੀਆ। ਕਿ ਜੇ ਪਾਕਿਸਤਾਨ ਵਾਲੇ ਨਾਂ ਨਹੀਂ ਬਦਲੇ, ਤੁਸੀਂ ਕਿਉਂ ਨਾਂ ਬਦਲ ਰਹੇ ਹੋ? ਘੱਟ ਗਿਣਤੀਆਂ 'ਤੇ ਸਿੱਖਾਂ 'ਤੇ ਇਸ ਕਿਸਮ ਦਾ ਗਲਤ ਅਸਰ ਪੈਂਦਾ। ਇੱਕ ਭਾਵਨਾ ਪੈਦਾ ਹੁੰਦੀ ਹੈ ਕਿ ਇੱਥੇ ਜੋ ਪਹਿਲਾਂ ਹੀ ਲੱਗ ਰਿਹਾ ਇਲਜ਼ਾਮ ਭਾਰਤੀ ਜਨਤਾ ਪਾਰਟੀ ਦੀ ਸੱਤਾਧਾਰੀ ਜਿਹੜੀ ਧਿਰ ਹੈ ਹਿੰਦੁਸਤਾਨ ਦੀ, ਕਿ ਉਹ ਲਗਾਤਾਰ ਨਾਂ ਬਦਲ ਰਹੀ ਹੈ, ਘੱਟ ਗਿਣਤੀਆਂ ਨੂੰ ਖਤਰਾ ਹੋ ਰਿਹਾ। ਤੋ ਇਹ ਉਦੋਂ ਪਾਰਲੀਮੈਂਟ 'ਚ ਉਹਨਾਂ ਨੇ ਕਹਿਤਾ, ਜਿਹੜੇ ਸਾਡੇ HRD ਮਿਨਿਸਟਰ ਪ੍ਰਕਾਸ਼ ਜਾਵੜੇਕਰ ਨੇ। ਹੋਇਆ ਕੀ ਕਿ ਹੁਣ 25 ਅਪ੍ਰੈਲ ਨੂੰ, ਉਦੋਂ ਤਾਂ ਚੁੱਪ ਕਰ ਗਏ ਕਿਉਂਕਿ ਮਿਨਿਸਟਰ ਨੇ ਕਿਹਾ, 25 ਅਪ੍ਰੈਲ ਨੂੰ ਉਹਨਾਂ ਨੇ ਫਿਰ ਚੁੱਪ ਚਪੀਤੇ ਲਾ ਤਾ ਦਿਆਲ ਸਿੰਘ ਮਜੀਠੀਆ ਕੋਲ, ਫਿਰ ਰੌਲਾ ਪਿਆ। ਅਤੇ ਹੁਣ ਲੇਟੈਸਟ ਹਰਸਿਮਰਤ ਕੌਰ ਨੇ ਇੱਕ ਕੈਬਨਿਟ ਦੀ ਮੀਟਿੰਗ ਦੇ ਵਿੱਚ ਪ੍ਰਧਾਨ ਮੰਤਰੀ ਕੋਲ ਇਹ ਮੁੱਦਾ ਉਠਾਇਆ ਔਰ ਉਦੋਂ ਬਾਅਦ ਉਹਨਾਂ ਨੇ ਇਹ ਗੱਲ ਜਿਹੜੀ ਟਵੀਟ ਕਰਕੇ ਖੁਦ ਕਹੀ ਹੈ। ਫਿਰ ਉਹਨਾਂ ਨੇ HRD ਮਿਨਿਸਟਰ ਨੂੰ, ਫਿਰ HRD ਮਿਨਿਸਟਰ ਨੂੰ ਆ ਕੇ ਕਹਿਣਾ ਪਿਆ ਕਿ ਇਹ ਨਹੀਂ ਬਦਲਿਆ ਜਾਏਗਾ। ਔਰ ਜਿਹੜੇ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ, ਕਿਉਂਕਿ ਉਹ ਵੀ ਨਾਲ ਨੇ ਅਮਿਤਾਬ ਸਿਨਹਾ ਦੇ, ਉਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਏਗੀ। ਕਹਿਣਾ ਅਸੀਂ ਇਹ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਨਾ ਕਰੋ, ਸਿੱਖਾਂ ਦੀਆਂ ਜਾਂ ਕਿਸੇ ਵੀ ਜਿਹੜੀ ਘੱਟ ਗਿਣਤੀ ਹਿੰਦੁਸਤਾਨ ਦੇ ਵਿੱਚ ਹੈ, ਉਹਨਾਂ ਦੇ ਮਨਾਂ ਦੇ ਵਿੱਚ ਇਹ ਭਾਵਨਾ ਨਾ ਪੈਦਾ ਕਰੋ ਕਿ ਉਹਨਾਂ ਨਾਲ ਇੱਥੇ ਧੱਕਾ ਹੋ ਰਿਹਾ। ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਇਲੈਕਸ਼ਨ ਆ ਰਹੀ ਹੈ, ਮੋਦੀ ਸਾਹਿਬ ਨੂੰ ਲੱਗ ਗਿਆ ਪਤਾ ਕਿ ਇਹ ਜਿਹੜੇ ਨੇ ਸਿੱਖ, ਇਹਦੇ ਨਾਲ ਵੱਡੀ ਪੱਧਰ 'ਤੇ ਨਾਰਾਜ਼ ਹੋਣਗੇ, ਆਪੋਜੀਸ਼ਨ ਨੂੰ ਮੁੱਦਾ ਮਿਲੂਗਾ। ਅਤੇ ਉਹਨਾਂ ਨੇ ਇਸ ਨੂੰ ਇੱਕੋ ਦਮ ਰਿਐਕਟ ਕੀਤਾ ਔਰ HRD ਮਿਨਿਸਟਰ ਤੋਂ ਕਹਾਇਆ ਕਿ ਇਹ ਨਹੀਂ ਹੋਏਗਾ। ਲੇਕਿਨ ਸਿੱਖਾਂ ਲਈ ਇਹ ਖੁਸ਼ੀ ਦੀ ਖਬਰ ਹੈ ਕਿ ਉਹਨਾਂ ਦੀ ਫਿਰ ਇੱਕ ਵੱਡੀ ਜਿੱਤ ਹੋਈ ਹੈ ਜੀ। ਡਾਕਟਰ ਸਾਹਿਬ ਜੀ, ਅੱਗੇ ਵਧੀਏ ਤਾਂ 12ਵੀਂ ਦੀ ਇਤਿਹਾਸ ਦੀ ਕਿਤਾਬ ਦੇ ਵਿੱਚੋਂ ਜੋ ਸਿੱਖ ਇਤਿਹਾਸ ਨੂੰ ਮਨਫੀ ਕਰਨ ਦਾ ਮਾਮਲਾ, ਉਸ 'ਤੇ ਵਿਵਾਦ ਵੀ ਭਖਦੇ ਜਾ ਰਹੇ ਨੇ। ਕੱਲ੍ਹ SGPC ਦੀ ਬਣਾਈ ਹੋਈ ਸਬ ਕਮੇਟੀ ਦੀ ਮੀਟਿੰਗ ਵੀ ਹੋਈ, ਜਿਸ ਵਿੱਚ ਕਿ ਇਤਰਾਜ਼ਯੋਗ ਕੁਝ ਜੋ ਇਤਿਹਾਸ ਪਾਇਆ ਗਿਆ ਬੁੱਕ ਦੇ ਵਿੱਚ। ਨਹੀਂ, ਇਤਿਹਾਸ ਕੋਈ ਇਤਰਾਜ਼ਯੋਗ ਕੋਈ ਨਹੀਂ ਪਾਇਆ ਗਿਆ, ਕੁਛ ਐਸਾ ਨਹੀਂ ਹੈ ਜਿਹੜੀ ਮੈਂ ਵਾਰ ਵਾਰ ਇਸ ਗੱਲ 'ਤੇ ਕਰਦਾ, ਕਿਉਂਕਿ ਮੈਂ ਵੀ ਉਹਨਾਂ ਦੇ ਮੈਂਬਰ ਰਹੇ ਬਹੁਤ ਸਾਰੇ। ਅਸੀਂ ਸਿਲੇਬਸ ਬਣਾਇਆ ਤਾਂ ਬੜੀ ਕੋਸ਼ਿਸ਼ ਕੀਤੀ ਸੀ ਕਿ 12ਵੀਂ ਦੇ ਪੱਧਰ 'ਤੇ ਪੱਤਰਕਾਰੀ ਵੀ ਪੜ੍ਹਾਈ ਜਾਵੇ ਸਕੂਲ ਬੋਰਡ ਦੇ ਵਿੱਚ, ਇਸ ਤਰ੍ਹਾਂ ਦਾ ਕੁਛ ਨਹੀਂ। ਲੇਕਿਨ ਹੋਇਆ ਜਿਹੜਾ ਹੈ ਉਹ ਜਾਂ ਵਿਵਾਦ ਜਿਹੜਾ ਮੰਦਭਾਗ ਹੈ, ਗੱਲ ਇਹ ਹੈ ਕਿ ਦੋਨੇ ਤਰ੍ਹਾਂ ਆਪਣੇ ਆਪਣੇ ਤਰਕ ਨਾਲ ਸਾਹਮਣੇ ਆ ਰਹੀਆਂ ਨੇ। ਪਹਿਲਾਂ ਤਾਂ ਇਹ ਕਿ 12ਵੀਂ ਦੇ ਵਿੱਚ ਸਿੱਖ ਇਤਿਹਾਸ ਪੜ੍ਹਾਇਆ ਜਾਂਦਾ ਸੀ, ਸਿੱਖ ਇਤਿਹਾਸ ਦੇ ਗੁਰੂ ਸਾਹਿਬਾਨ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਖਾਲਸਾ ਰਾਜ ਹੈ, ਇੱਥੇ ਤੱਕ ਸਾਰਾ ਕੁਛ ਸਿੱਖ ਜਰਨੈਲਾਂ ਬਾਰੇ। ਹੁਣ ਕੀ ਕਿਹਾ ਕੀ ਗਿਆ, ਹਾਲਾਂਕਿ ਹੋਇਆ ਅਕਾਲੀ ਸਰਕਾਰ ਵੇਲੇ ਕਿ NCERT ਨਾਲ ਇਸ ਦਾ ਸਿਲੇਬਸ ਜਿਹੜਾ ਹੈ ਉਹ ਬਰਾਬਰ ਕਰ ਦਿੱਤਾ ਜਾਵੇ। ਉਸ ਲਈ ਇਹ ਸਿਲੇਬਸ ਨੂੰ 4 ਹਿੱਸਿਆਂ 'ਚ ਵੰਡ ਦਿੱਤਾ ਗਿਆ, 12ਵੀਂ, 11ਵੀਂ ਅਤੇ 10ਵੀਂ 'ਚ ਉਹਨਾਂ ਨੇ ਕਰਤਾ। ਹੁਣ 12ਵੀਂ ਦੀ ਕਿਤਾਬ ਛਪ ਗਈ, 11ਵੀਂ ਦੀ ਕਿਤਾਬ ਹਲੇ ਆਈ ਨਹੀਂ, 12ਵੀਂ 'ਚੋਂ ਇਹ ਸਾਰਾ ਮੈਨੇਜ ਹੋ ਗਿਆ। ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ 11ਵੀਂ 'ਚ ਆਏਗਾ, ਲੇਕਿਨ ਜਿਹੜੇ ਐਕਸਪਰਟ ਨੇ ਤਾਂ ਉਹ ਇਹ ਕਹਿ ਰਹੇ ਨੇ ਕਿ 11ਵੀਂ 'ਚ ਜੇ ਇਹਨਾਂ ਨੇ ਕੀਤਾ ਵੀ ਹੈ, ਪਹਿਲੀ ਤਾਂ ਗੱਲ ਹੈ ਵੀ 11ਵੀਂ 'ਚ ਉਹ ਕਹਿੰਦੇ ਅਸੀਂ ਪਹਿਲਾਂ ਪੜ੍ਹਾਵਾਂਗੇ, ਕਾਂਗਰਸ ਸਰਕਾਰ ਇਹ ਕਹਿ ਰਹੀ ਹੈ ਸਮਾਂ ਬੱਚਿਆਂ ਨੂੰ ਪਹਿਲਾਂ ਪੜ੍ਹਾਵਾਂਗੇ, ਲੇਕਿਨ 11ਵੀਂ ਦਾ ਪੇਪਰ ਦਾ ਕੋਈ ਅਹਿਮੀਅਤ ਨਹੀਂ ਹੁੰਦੀ। ਅਤੇ ਉੱਥੇ ਹੋਇਆ ਜਿਹੜਾ ਇਲਜ਼ਾਮ ਹੈ, ਅਸਲ ਇਲਜ਼ਾਮ ਇਹ ਜ਼ਿਆਦਾ ਜਿਹੜਾ ਹੈ
तर्कपूर्ण है कि उन्होंने डिल्यूट कर दिता वो तो घटा दिता गया जी। घटाने का मतलब है कि सिख इतिहास को हौली हौली मनफी कर रहे हो जी। ये मतलब आंदा लेकिन सरकार ये कह रही है नहीं घटाया गया असी सिर्फ वंडिया। तो मैं कल भी कहा अज भी कहना है हूँ एस जी पी सी ने कल मीटिंग की इतने जो यूनिवर्सिटी के लागे पटियाले बहादुरगढ़ इंस्टीट्यूट है टौड़ा इंस्टीट्यूट जी कमेटी बनाई सी उन्हें मीटिंग की है अलग अलग जे होर अदारे ने मैनू निजी तौर पर जे कोई कल मेरे दोस्त जो स्कूल बोर्ड के चेयरमैन रहे ने उन्होंने बुलाया सबका मुख्यमंत्री ने उन्होंने गल की भी है कि मसला दोनों पासे क्योंकि सुखबीर सिंह बादल ने तीन दिन का अल्टीमेटम दिता वो अच खत्म हो जाना भी जे नहीं इनू कर दे तो यह कलैश बधेगा। कलैश नहीं बदलना चाहिए कोई भी सरकार हो चाहे कांग्रेस की हो कैप्टन अमरिंदर सिंह की सरकार है या अकालिया की सरकार है ये मसला तो साड़ी पूरी कौम का सारे देश का मसला है। देश के असी अपने इतिहास में सही तरीके नवी पीढ़ी पढ़ाईए तो उन्होंने ये बारे जानकारी देिए लेकिन जो वे मनफी हो रहा है तो बहुत गलत है जे नहीं हो रहा वंडिया गया तो वह तर्क वो ऑनलाइन जी है वो पा देना चाहिए ताकि सारा कुछ साफ हो जाए जी। लेकिन हाल की घड़ी कन्फ्यूजन बढ़ रहा है क्योंकि बारहवीं की क्लास हाले एक कन्फ्यूजन होर भी क्रिएट हो गया वो है जो पबलिशर पबलिशर ने किताबा छाप लिया वो बेचनिया चाहते ने तो वह किसी न किसी तरीके यह भी एक कारण एक फैक्टर यह भी है तो सारे फैक्टर उदो साफ हो गए जदों दोनों धिर ये समझणगे कि जिहड़ा सिलेबस आप है पहला सिलेबस आ सी हुण असीं आ पढ़ा रहे हैं जिहड़ा उच मैनेज कीता है तां उहनूं लागू कर दिता जावे तां स्पष्ट होएगी स्थिति जी। डॉक्टर साहब जी अगे वधीए तां पंजाब दे पिंड भी हुण खाप पंचायतां दे राह ते तुरे ने ते प्रेम ब्याह करवाउण वालिआं दा समाजिक बाइकाट करन दा ऐलान कीता गया। देखो ये गल इस तरह नहीं है दराहे दे लागे एक पिंड है जी चनकिया उत्थे पिंड वाले दे विच ही उत्थे एक कुड़ी नाल ब्याह कराया किसी मुंडे ने जी वो है भी अंतर जाति ब्याह जी मतलब कुड़ी जिहड़ी है किसी होर जात दी है ते वो जिहनूं पिंडां दे विच कोई ज़्यादा आपां उस किस्म दी जिहड़ी अहमियत नहीं दिंदे जिहड़ी उच्च जात समझदे ने अपने आप नूं जी। हुण उह कुड़ी दे नाल दो गल्लां हो गईआं ने इक तां पिंड दी कुड़ी जी वो साडा कल्चर नहीं आ गया दिंदा पिंड दी साडा कल्चर तां पिंड दी कुड़ी तां भैण लगदी जी। दूजा अंतरजाति ठीक है हुण अंतरजाति भी है पिंड दी भी कुड़ी है। तीजा जिहड़ा पंचायत जदों कोल गया केस उत्थे सरपंच रेगुलर नहीं कोई पंच एक्टिंग सरपंच दे तौर ते काम कर रहा है उहने सिंपल कीता गुरुद्वारे कट्ठ बुला लिया कट्ठ करके ये फैसला कर लिया कि काम ही बंद करो जिहड़ा भी ब्याह कराऊगा इस किस्म दा उहदे असीं सोशल बाइकट कर दांगे और उहनूं बिल्कुल सपोर्ट करने वाले भी नहीं बुलावांगे। सो इस किस्म की कारण तो स्पष्ट है कि साडा जिहड़ा कानून है साडे जिहड़े फंडामेंटल राइट ने बुनियादी अधिकार ने संविधान के मुताबिक उन्होंने सीधा पंचायत चैलेंज कर रही है तो मसला बड़ा लेकिन जो भी कोई तब्दीली आती है इस किस्म के मसले जोड़े है वो सामने आते हैं लेकिन यह मसला तो अगे होर भी इस करके अहम है कि दो तरह के टैबू टुट रहे ने इहदे च जी एक तो पिंड दा एक अंतरजाति ये दो टैबू का टुटना लोगों को लगता है कि जिहड़े अज रिश्ते तार तार हो रहे ने ना साडे त्रेड़ां आ रही ने रिश्तियां दे च भरा भरा दा नहीं रहा कोई एक दूजे का नहीं रहा समझ ही नहीं आ रही रिश्तियां नूं हो की रहा उहदा एक कारण यह भी है इस करके ये होया पर इहनूं कानून आग्या नहीं दिंदा। हालांकि यही गल उत्थों दे एमएलए ने भी कही है कि भावें पंचायत ने मता पास कर लिया पर असीं इस नूं नहीं मनदे ये गल जिहड़ी है अपने आप दे विच जिहड़ी है सही नहीं। देखो कानून दे मुताबिक संविधान दे मुताबिक जो राइट दिता है उहदे मुताबिक चलने की लोड़ है लेकिन जे लोग ब्याह करवाउणा चाहुंदे ने तां मैनूं नहीं लगता कि पंचायतां दे मते इहनूं ज़्यादा चिर रोक सकनगे मंदभागी गल है जिस तरह का टकराव बल बढ़ रही है स्थिति जी। डॉक्टर साहब जिहड़ा कल तेज झखड़ चलिया उहदे नाल जिथे कुछ जानी नुकसान भी होया ते उत्थे ही मंडियां दे विच पई हुई कणक भिज गई किसानां दी लिफ्टिंग दी वड्डी प्रॉब्लम है और साढ़े कोल जिहड़ा इन्ना इंफ्रास्ट्रक्चर है नहीं कि सारी कणक दे उत्ते छत होवे तो भरिया हुई बोरियां भी भिजियां ज़्यादा नुकसान होता है जिहड़े बोली नवीं आई सी कणक
वह बेचारे किसान बिल्कुल ही सचमुच ही मारे गए और पानी खड़ा मंडियों एक टाइम तो ऐसा सी इन्ना ज्यादा नेरा जिवें बहुत साल बाद इस तरह का हालात बने सी अधे घंटे लई तां और पटियाले दे विच तां होर भी नुकसान होया कंध गिरी दो बंदे मर गए एक बजुर्ग की मौत हुई फौजी रिटायर्ड फौजी छप्पड़ ते गया सी ते मज नमाउण ओह ते बिजली गिरी उहदे नाल मौत हो गई सो मौतां भी होईआं जानी नुकसान भी होया माली नुकसान भी होया हालांकि मनप्रीत ने कहा कि असी इहदा जल्दी अंदाजा लगा के पूरा करांगे पर मंडिया विच इस तरह का होना कोई चंगी गल नहीं सानू इस पासे ध्यान देने की लोड़ है लिफ्टिंग भी होवे और साडियां मंडियां पक्कियां भी होण असी आए साल चूहे करके करोड़ों रुपए का नुकसान करते हैं ज इस किस्म की मौसम की कदों तब्दीली आती है उदों बड़ा नुकसान होंदा कल भी होया। डॉक्टर साहब जी हुण असीं किसानां दी खबर लईए तां किसानां ने 1 जून तो 10 जून तक जो एजिटेशन करन दा फैसला कीता है। देखो जी किसानां दा महासंघ बनिया 110 किसान जथेबंदियां इकट्ठियां होईआं पंजाब दे सीनियर लीडर किसानां दे बलवीर सिंह रजेवाल उन्होंने पहले ही कहता सी साढ़े वह चढ़दी कला टाइम टीवी के चर्चा प्रोग्राम च आए दो तीन प्रोग्रामों के उन्होंने शिरकत की सी उन्होंने ये गल का ऐलान किया कि जे साड़ी सरकार गल नहीं सुनती तो असी सब्जियां ते दुध शहरों नूं नहीं सप्लाई होने दे पाए तो पहले पड़ा दे विच 1 तो 10 जून तक किसान छुट्टियां मना रहे हैं। किसानों का यह कहना कि सरकार साड़ी गल नहीं सुनती पूरी तरीके से स्वामीनाथन की रिपोर्ट लागू नहीं होंगी साड़ियां मंगां वल ध्यान नहीं दिता जाता तो हुण असी उन्हां दा ध्यान खिंचण लई इह कारवाई कर रहे हैं। यह कारवाई बड़ी खतरनाक है जदों दुध नहीं जाऊगा सब्जियां नहीं शहरां च जाणगियां इह पहलां हो चुके है महाराष्ट्र दे विच ते सरकार नूं झुकणा पिया ते बलवीर सिंह रजेवाल ने प्रेस कॉन्फ्रेंस च दस्सिया कि इहदे विच असीं पहले पड़ाव दे विच सिर्फ 10 दिन लई नॉर्थ इंडिया दे किसान ये करांगे ते जे सानूं लोड़ पई फिर असीं इस जिहड़ी है नवीं रूपरेखा भी तैयार करके लोगों को दसांगे। सरकार जिहड़ी है उहनूं किसानां नूं ना सचमुच पिछले दिनों दे विच जिस तरह का हुण तां कुदरत भी किसानां दे नाल ले तो सरकारां नूं इधर ध्यान देने की लोड़ है ते तां कि नहीं तो बहुत बड़ा नुकसान लोगों का जिथे किसान तो है ही कौन खुशकी नाल जांदा है ते जे दुध की सप्लाई बंद होंदी है सब्जियां की होंदी है आम लोगों को भी बहुत मुश्किल आएगी सरकार दे अड़िए वतीरे करके जे अड़ियल वतीरा सरकार ना अपनावे तो आम लोग घट्टो घट्ट इस तो बच जाएंगे नहीं दोनों का नुकसान आर्थिक नुकसान किसानों का होर होएगा। 10 दिन लिए बंद कर रहे हैं पहले पड़ा दे विच जी। डॉक्टर साहब दूजे पासे जे आपां सरकार दा पक्ष लईए तो वी निरंतर यतन कर रही है कि किसानां नूं लुभाया जावे जिवें कल बठिंडा विच वी करजा मुक्ति सर्टिफिकेट वंडे गए दूजे पासे आंगनवाड़ी वर्करां ने उस समागम विच प्रदर्शन कीता। देखो तां हुण सरकार दा मजबूरी है जदों उन्हां ने पावर च आउण लई इह वादा कीता सी जी कि सारा करजा माफ करांगे जी कर रहे ने उह 2 लख तक दा जी छोटे किसानां दा ते पहले 4 समागम सी कल दा जिहड़ा समागम है उहदे च तकरीबन 7000 किसानों नूं जिहड़ा है उत्थे करजा मुक्ति दे जिहड़े सर्टिफिकेट वंडे गए ने तो ठीक मनप्रीत सिंह बादल उत्थे सी तो गल्लां तां जिहड़ियां सब स्पष्ट ने कि कहा तां सारा करजा गया सी इह कोऑपरेटिव दा करजा माफ हो रहा है लेकिन सरकार ठीक है तुहाडी गल लगी हुई है पर दूजे पासे आंगनवाड़ी वाले तो बहुत चिर दे लगे हुए ने ਉਹ ਬੀਬੀਆਂ ਨੂੰ ਕੱਲ ਧੱਕੇ ਨਾਲ ਫੜ ਬੱਸਾਂ 'ਚ ਚੜਾ ਕੇ ਅਰੈਸਟ ਕਰਕੇ ਦੂਰ ਛੱਡ ਦਿੱਤਾ ਗਿਆ ਤੋ ਇਹ 1 ਸਾਲ ਬਾਅਦ ਇਸ ਕਿਸਮ ਦੇ ਕਿਸਾਨਾਂ ਵੱਲੋਂ ਆਂਗਣਵਾੜੀ ਵੱਲੋਂ ਮਾਸਟਰਾਂ ਵੱਲੋਂ ਅਧਿਆਪਕਾਂ ਨੂੰ ਤਨਖਾਹ ਨਹੀਂ ਮਿਲੀ ਹਾਲਾਂਕਿ ਨਵੇਂ ਸਿੱਖਿਆ ਮੰਤਰੀ ਕਹਿੰਦੇ ਜੀ ਪੈਸੇ ਆ ਗਏ ਅਸੀਂ ਕਰ ਦੇ ਦਾਂਗੇ ਪਰ ਹਾਲਾਤ ਕੋਈ ਜ਼ਿਆਦਾ ਠੀਕ ਨਹੀਂ ਉਸ ਪਾਸੇ ਨੂੰ ਜਿਸ ਤਰ੍ਹਾਂ ਐਜੀਟੇਸ਼ਨਸ ਹੋ ਰਹੀਆਂ ਨੇ ਕੱਲ੍ਹ ਬਠਿੰਡਾ ਵਿਖੇ ਵੀ ਦੇਖਿਆ ਜਿਹੜਾ ਇਹ ਥੋੜਾ ਬਹੁਤਾ ਕਰਜ਼ਾ ਦਿੱਤਾ ਹੈ ਛੋਟੇ ਕਿਸਾਨਾਂ ਲਈ ਉਹ ਕੱਲ ਉਹਦੀ 5ਵੀਂ ਕਿਸ਼ਤ ਕਹਿ ਸਕਦੇ ਆ ਉਹ ਜਾਰੀ। ਡਾਕਟਰ ਸਾਹਿਬ ਘਪਲਿਆਂ ਦੀਆਂ ਖਬਰਾਂ ਅਕਸਰ ਹੀ ਆਉਂਦੀਆਂ ਰਹਿੰਦੀਆਂ ਨੇ ਅੰਮ੍ਰਿਤਸਰ ਨਿਗਮ ਵਿੱਚ 100 ਕਰੋੜ ਤੋਂ ਵੱਧ ਦਾ ਘਪਲਾ ਸਾਹਮਣੇ ਆਇਆ ਜੀ। ਦੇਖੋ ਨਵਜੋਤ ਸਿੰਘ ਸਿੱਧੂ ਜਿੱਥੇ ਕਈ ਕੰਮਾਂ ਦੇ ਵਿੱਚ ਖਬਰਾਂ 'ਚ ਰਹਿੰਦੇ ਨੇ ਜੀ ਇੱਕ ਹੋਰ ਆ ਗਿਆ ਜੀ ਉਹਨਾਂ ਦਾ ਇਲਾਕਾ ਹੈ
ਹੋਇਆ ਹੈ ਕਿ ਆਡਿਟ ਹੁੰਦਾ ਹੁੰਦਾ ਹੈ, ਸਾਲ ਬਾਅਦ ਇੱਕ ਆਡਿਟ ਰਿਪੋਰਟ ਜਾਂਦੀ ਹੈ, ਹਰ ਥਾਂ ਜਾਂਦੀ ਹੈ ਸਰਕਾਰ ਦੀ ਵੱਲੋਂ ਜੀ, ਤਾਂ ਉਹਦੇ ਵਿੱਚ ਪਤਾ ਲੱਗਿਆ ਕਿ ਹੇਰਾਫੇਰੀ ਹੋ ਰਹੀ ਹੈ, ਤੇ ਹੇਰਾਫੇਰੀ ਵੀ ਥੋੜੀ ਨਹੀਂ ਜੀ, ਕਰੋੜਾਂ ਦੀ ਹੈ, ਕਰੋੜ ਵੀ ਨਹੀਂ ਅਰਬਾਂ ਤੱਕ ਚਲੇ ਗਈ, 100 ਕਰੋੜ ਦੇ ਨੇੜੇ ਤੇੜੇ ਜੀ। ਬੈਂਕ ਖਾਤੇ 3 ਨੇ ਜਿਹੜੇ ਕਾਰਪੋਰੇਸ਼ਨ ਦੇ ਨੇ, 3 ਨੂੰ ਮੇਨਟੇਨ ਨਹੀਂ ਕੀਤਾ ਗਿਆ, ਹਰ ਚੀਜ਼ ਬੈਂਕ ਖਾਤੇ 'ਚ ਜਾਣੀ ਚਾਹੀਦੀ ਹੈ ਅਕੋਰਡਿੰਗਲੀ, ਉਹ ਨਹੀਂ ਹੋਇਆ। 70 ਬੈਂਕ ਖਾਤੇ ਅਲੱਗ ਅਲੱਗ ਬਣਾ ਕੇ ਤਾਂ ਕਿ ਹੇਰਾਫੇਰੀ ਸੌਖੀ ਹੋਵੇ, ਐਂਟਰੀਜ਼ ਜਿਹੜੀਆਂ 1 ਤੋਂ ਵੱਧ ਹੁੰਦੀਆਂ ਨੇ ਨਹੀਂ ਪਾਈਆਂ ਗਈਆਂ, ਸੋ ਇਸ ਤਰ੍ਹਾਂ ਦੇ ਜਿਹੜੀਆਂ ਘਪਲੇ ਫੜੇ ਗਏ ਨੇ। ਅਤੇ ਲੱਗਦਾ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਇਸ ਨੂੰ ਹਾਈਲਾਈਟ ਤਾਂ ਕਰ ਦੇਣਗੇ ਜੋ ਆਇਆ ਸਾਹਮਣੇ, ਤਾਂ ਕੋਈ ਉਹਦੇ 'ਚ ਕਿਸੇ ਦਾ ਕੋਈ ਕਸੂਰ ਨਹੀਂ। ਪਿਛਲੇ 10 ਸਾਲਾਂ ਦਾ ਆਡਿਟ ਹੋ ਰਿਹਾ, ਇਹ ਸਰਕਾਰ ਦਾ ਆਡਿਟ ਬਾਅਦ 'ਚ ਆਉਣਾ, ਉਹ 'ਚ ਫਸ ਰਹੇ ਨੇ ਅਤੇ ਅਕਾਲੀ ਫਸ ਰਹੇ ਨੇ, ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਮੌਕਾ ਮਿਲਿਆ, ਉਹ ਇਸ ਗੱਲ ਨੂੰ ਹੋਰ ਹਾਈਲਾਈਟ ਕਰਨਗੇ। ਸੋ ਉਹਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਵੀ ਅਤੇ ਅਦਰਵਾਈਜ਼ ਵੀ ਕਾਂਗਰਸ ਨੂੰ ਫਾਇਦਾ ਹੋਏਗਾ, ਜਿੰਨਾ ਵੀ ਉਹ ਅਕਾਲੀਆਂ ਨੂੰ ਇਸ 'ਤੇ ਘੇਰਨਗੇ, ਤਾਂ ਉਹ ਮੌਕਾ ਮਿਲਿਆ। ਡਾਕਟਰ ਸਾਹਿਬ ਜੀ, ਹੁਣ ਅਸੀਂ ਗੱਲ ਕਰੀਏ WHO ਦੀ ਰਿਪੋਰਟ ਦੀ, ਜਿਹਦੇ ਵਿੱਚ ਪ੍ਰਦੂਸ਼ਿਤ ਸ਼ਹਿਰਾਂ ਦੀ ਲਿਸਟ ਦੱਸੀ ਗਈ ਹੈ, ਉਹਦੇ ਵਿੱਚ 14 ਸ਼ਹਿਰ ਭਾਰਤ ਦੇ ਨੇ, ਪਟਿਆਲਾ ਵੀ ਉਹਨਾਂ ਵਿੱਚੋਂ ਇੱਕ ਹੈ। ਦੇਖੋ ਜੀ, ਰਿਪੋਰਟ ਦੇ ਵਿੱਚ ਗੱਲ ਤਾਂ ਠੀਕ ਹੈ, ਉਹਦੇ ਬੜੇ ਮਾਪਦੰਡ ਹੁੰਦੇ ਨੇ, ਅਤੇ ਉਹਨਾਂ ਦੇ ਮੁਤਾਬਕ ਉੱਥੇ ਬੈਠੇ ਅਮਰੀਕਾ 'ਚ ਬੈਠੇ ਉਹ ਸਾਡੀ ਇਹ ਲਿਸਟ ਜਾਰੀ ਕਰ ਦਿੰਦੇ ਨੇ, ਜਿਹਦੇ 'ਚ ਵੱਡੇ ਵੱਡੇ ਸ਼ਹਿਰ ਹਿੰਦੁਸਤਾਨ ਦੇ ਨੇ, ਸਾਡੇ ਨਵੇਂ ਸ਼ਹਿਰ ਵੀ ਨੇ ਫਰੀਦਾਬਾਦ ਵਰਗੇ, ਪੁਰਾਣੇ ਜੈਪੁਰ ਔਰ ਪਟਿਆਲੇ ਵਰਗੇ ਸ਼ਹਿਰ ਨੇ। ਪਤਾ ਨਹੀਂ ਕਿਉਂ ਮੈਨੂੰ ਲੱਗਦਾ ਕਿ ਇਹ ਜਿਹੜੇ ਇਸ ਕਿਸਮ ਦੇ ਮਾਪਦੰਡ ਨਾਲ ਪਟਿਆਲੇ ਨੂੰ ਵੀ ਪ੍ਰਦੂਸ਼ਿਤ ਸ਼ਹਿਰ ਕਹਿ ਦੇਣਾ, ਦੇਖੋ ਗੱਲ ਇਹ ਹੈ ਕਿ ਜਦੋਂ ਅਸੀਂ ਕੰਪੈਰੇਟਿਵਲੀ ਦੇਖਦੇ ਹਾਂ ਪਟਿਆਲਾ ਉਹਨਾਂ ਪ੍ਰਦੂਸ਼ਿਤ ਨਹੀਂ, ਮੈਂ ਪਟਿਆਲੇ ਦੇ ਤਾਂ ਕਹਿੰਦੇ ਕਿ ਅਸੀਂ ਇਹਦੇ 'ਚ ਵਿਚਰ ਰਹੇ ਹਾਂ, ਰਹਿ ਰਹੇ ਹਾਂ। ਅਤੇ ਜੇ ਪਟਿਆਲੇ ਬਾਰੇ ਉਹਨਾਂ ਦੀ ਇਹ ਰਿਪੋਰਟ ਹੈ, ਕਿਤੇ ਉਹਨਾਂ ਦੇ ਜਿਹੜੇ ਮਾਪਦੰਡ ਨੇ ਸਹੀ ਨੇ, ਇਹ ਦੇਖਣਾ ਵੀ ਪਏਗਾ ਆਪਾਂ ਨੂੰ। ਹੁਣ ਕਲਕੱਤਾ ਔਰ ਮਦਰਾਸ, ਦਿੱਲੀ, ਤਾਂ ਉਹਨਾਂ ਦੇ ਸਲੰਬ ਜਦੋਂ ਅਸੀਂ ਦੇਖਦੇ ਹਾਂ, ਫਿਰ ਲੁਧਿਆਣਾ, ਪਟਿਆਲਾ, ਜੈਪੁਰ, ਫਰੀਦਾਬਾਦ, ਇਹ ਸ਼ਹਿਰਾਂ ਦੇ ਨਾਲ ਕਿਤੇ ਨਾ ਕਿਤੇ ਇਹਦੇ ਨਾਲ ਸਾਡਾ ਧਿਆਨ ਤਾਂ ਖਿੱਚਿਆ ਜਾਂਦਾ ਜੀ, ਲੇਕਿਨ ਇਸ ਨੂੰ ਸੱਚ ਮੰਨਣਾ, ਇਹਦੇ ਬਾਰੇ ਆਪਾਂ ਨੂੰ ਹਾਲੇ ਸੋਚਣ ਦੀ ਲੋੜ ਹੈ, ਸੰਵਾਦ ਕਰਨ ਦੀ ਲੋੜ ਹੈ ਵੀ ਕਿਹੜੇ ਕਿਹੜੇ ਮਾਪਦੰਡਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਹ ਪ੍ਰਦੂਸ਼ਿਤ ਸ਼ਹਿਰਾਂ 'ਚ ਆਉਂਦਾ ਜੀ। ਡਾਕਟਰ ਸਾਹਿਬ, ਹੁਣ ਜੇ ਅਸੀਂ ਗੱਲ ਕਰੀਏ ਸਮਗਲਿੰਗ ਦੇ ਨਵੇਂ ਤਰੀਕਿਆਂ ਦੀ, ਤਾਂ ਖੰਨਾ ਵਿਖੇ ਐਂਬੂਲੈਂਸ ਰਾਹੀਂ ਸਮਗਲਿੰਗ ਕਰਦੇ ਜੋ ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਨੇ। ਦੇਖੋ, ਜਿਹੜੀ ਫਿਲਮਾਂ ਹੁੰਦੀਆਂ ਨੇ ਨਾ ਜੀ, ਇਹ ਸੋਸਾਇਟੀ 'ਚ ਜੋ ਕੁਛ ਵਾਪਰ ਰਿਹਾ ਹੁੰਦਾ ਉਹ ਹੀ ਦਿਖਾਇਆ, ਆਮ ਤੌਰ 'ਤੇ ਉਹੀ ਦਿਖਾਇਆ ਜਾਂਦਾ ਜਾਂ ਉਹਦੇ ਨੇੜੇ ਤੇੜੇ ਹੁੰਦਾ ਜੀ, ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ ਜੀ। ਐਂਬੂਲੈਂਸ ਦੇ ਰਾਹੀਂ ਸਮਗਲਿੰਗ ਹੋਣੀ, ਐਂਬੂਲੈਂਸ ਨੇ ਕ੍ਰਿਮੀਨਲਜ਼ ਨੂੰ ਇੱਧਰ ਉੱਧਰ ਲੈ ਕੇ ਜਾਣਾ, ਇਹ ਆਮ ਵਰਤਾਰਾ, ਇਹ ਫਿਲਮਾਂ 'ਚ ਬਹੁਤ ਵਾਰ ਦਿਖਾਇਆ ਗਿਆ ਜੀ। ਲੇਕਿਨ ਜਦੋਂ ਖੰਨੇ ਵਿੱਚ ਜਿਹੜਾ ਹੋਇਆ ਹੋਇਆ ਜੋ ਦਿਲਚਸਪ ਢੰਗ ਨਾਲ ਕਰਦੇ ਸੀ, 6 ਬੰਦੇ ਫੜੇ ਗਏ ਨੇ ਜੀ, 1 ਮਰੀਜ਼ ਬਣ ਜਾਂਦਾ ਸੀ ਔਰ ਜਿਹੜੀ ਸੀਟ ਦੇ ਉੱਤੇ ਮਰੀਜ਼ ਪਾਇਆ ਹੋਇਆ ਉਹਦੇ ਥੱਲੇ ਤੁਸੀਂ ਆਪਦਾ ਉਹਨਾਂ ਦੇ ਸਮੈਗਲਿੰਗ ਦਾ ਸਮਾਨ ਹੈ, ਹੈਰੋਇਨ ਹੈ ਜੀ, ਡਰੱਗਸ ਨੇ, ਔਰ ਹੂਟਰ ਮਾਰਦੇ ਤੁਸੀਂ ਜਾ ਰਹੇ ਹੋ, ਕੋਈ ਡਾਕਟਰ ਬਣ ਗਿਆ ਕੋਈ ਜੀ। ਤੇ ਆਮ ਤੌਰ 'ਤੇ ਕਿਹਾ ਜਾਂਦਾ ਕਿ ਜਦੋਂ ਐਂਬੂਲੈਂਸ ਜਾਂਦੀ ਹੈ ਤੇ ਉਹਨੂੰ ਜਗ੍ਹਾ ਦੇਣੀ ਹੈ ਤੋਂ ਨਿਕਲ ਜਾਂਦੇ ਸੀ ਜੀ। ਕੱਲ ਫੜੇ ਗਏ ਤੇ 6 ਦੇ 6 ਨੇ ਦੱਸਿਆ ਵੀ ਸਾਡਾ ਤਾਂ ਤਰੀਕਾ ਇਹ ਹੈ। ਹੁਣ ਨੁਕਸਾਨ ਇਹ ਹੁੰਦਾ ਜਿਵੇਂ ਕਹਿੰਦੇ ਨੇ ਨਾ, ਇਹ ਕੁਸੀ ਦੇਖੋ ਜਿਹੜੇ ਅਸਲੀ ਮਰੀਜ਼ ਨੇ ਉਹਨਾਂ ਨੂੰ ਨੁਕਸਾਨ ਹੋਏਗਾ, ਪੀਣੇ ਵਾਲਾ 1 ਹੋ 2 ਹੋ ਜੀ, ਮੁਫਤ ਮੈਂ ਮਹਿਖਾਨਾ ਬਦਨਾਮ ਹੁੰਦਾ, ਬਿਲਕੁਲ ਬਾਕੀ ਬੰਦੇ ਵੀ ਤਾਂ ਬਦਨਾਮ ਹੋਣਗੇ ਜੀ। ਹੁਣ ਜੇ ਹੋਟਲ ਵਾਲੀ ਗੱਡੀ ਹੈ, PGI ਜਾ ਰਿਹਾ ਬੰਦਾ ਜੀ, ਵੀ ਜਲਦੀ ਪਹੁੰਚੇ ਜੀ, ਵੀ ਉੱਥੇ ਤੱਕ ਜਿਉਂਦਾ ਪਹੁੰਚ ਜੇ ਜੀ, ਤੇ ਰਸਤੇ 'ਚ ਪੁਲਿਸ ਰੋਕੂਗੀ ਜੀ, ਜੇ ਰੋਕਦੀ ਹੈ ਅਨਐਥੀਕਲ ਹੈ ਜੀ, ਨਹੀਂ ਰੋਕਦੀ ਤੇ ਇਸ ਤਰ੍ਹਾਂ ਲੋਕ ਨਿਕਲ ਜਾਂਦੇ ਨੇ, ਲੇਕਿਨ ਇਹ ਇੱਕ ਤਰੀਕਾ ਉਹਨਾਂ ਨੇ ਵਰਤਦੇ ਸੀ, ਫੜੇ ਗਏ ਜੀ। ਡਾਕਟਰ ਸਾਹਿਬ ਜੀ, ਅੱਗੇ ਵਧੀਏ ਸ਼ਾਹਕੋਟ ਦੀ ਜ਼ਿਮਨੀ ਚੋਣ ਦੀ ਗੱਲ ਕਰੀਏ, ਤਾਂ ਆਮ ਆਦਮੀ ਪਾਰਟੀ ਨੇ ਚੋਣ ਲੜਨ ਦੀ ਗੱਲ ਕੀਤੀ ਹੈ, ਦੂਜੇ ਪਾਸੇ ਜੋ SDM ਦੇ ਤਬਾਦਲੇ ਵੀ ਹੋਏ ਨੇ ਚੋਣ ਤੋਂ ਪਹਿਲਾਂ। ਦੇਖੋ, ਤਾਂ ਚਲੋ SDM ਦੀ ਸ਼ਿਕਾਇਤ ਸੀ, ਉਹ ਚੋਣ ਅਧਿਕਾਰੀ ਹੁੰਦਾ ਤੇ ਇਹ ਇਲੈਕਸ਼ਨ ਕਮਿਸ਼ਨ ਉਹਨੂੰ ਬਦਲ ਸਕਦਾ, ਇਹ ਆਮ ਵਰਤਾਰਾ, ਕੋਈ ਏਡੀ ਵੱਡੀ ਗੱਲ ਨਹੀਂ ਹੈ ਜੀ। ਰਹੀ ਗੱਲ ਆਮ ਆਦਮੀ ਪਾਰਟੀ ਦੀ, ਇਹਦੇ ਅੰਦਰ ਬੜਾ ਲੱਗਦਾ ਹੀ ਹੈ, ਬਾਹਰੋਂ ਘਮਸਾਨ ਚੱਲ ਰਿਹਾ ਜੀ। ਸੁਖਪਾਲ ਖਹਿਰਾ ਤੇ ਦਿੱਲੀ ਵੀ ਗਿਆ, ਤਾਂ ਵੀ ਆਪਦੇ ਲੀਡਰ ਕੇਜਰੀਵਾਲ ਨੂੰ ਨਹੀਂ ਮਿਲਿਆ ਜੀ, ਔਰ ਕੇਜਰੀਵਾਲ ਨੇ ਮਾਫ਼ੀ ਮੰਗ ਲਈ, ਔਰ ਮਾਫ਼ੀ ਵਾਲੇ ਨੂੰ ਪੰਜਾਬ ਮਾਫ਼ ਨਹੀਂ ਕਰਦਾ ਜੀ, ਪੰਜਾਬ ਤਾਂ ਉਹਨੂੰ ਸਿਰ 'ਤੇ ਬਿਠਾਉਂਦਾ ਜਿਹੜਾ ਲੜਦਾ ਜੀ, ਇਹ ਪੰਜਾਬੀਆਂ ਦੀ ਸਾਇਕੀ ਹੈ ਜੀ। ਉਹਨੇ ਮਾਫ਼ੀ ਮੰਗ ਲਈ,
और हाल तक इकट्ठे जोड़े नहीं होए। पटियाले का डॉक्टर अखा का उन्होंने बनाया सह प्रधान डॉक्टर बलबीर सिंह जी जो प्रधान है भगवंत मान भी अलग तुरे फिर जी। तो ये सारे हालात इन्होंने एक मीटिंग की थी जी। उस मीटिंग च फैसला होया कि 19 च भी इलैक्शन आनी है अपन मुख विरोधी पार्टियां अपन पंजाब दे विच अपन इलैक्शन लड़नी चाहिए है जी। तो आप कुछ ना कुछ इस पासे हुई है तो लगता है किसी मौके पर पहुंचे ने जिहड़ा डिप्टी सीएम है दिल्ली का जिहड़ा खासो खास है जिहड़ा आम आदमी पार्टी च नंबर दो कहाउंदा अजकल मनीष सिसोदिया उहनू जिहड़ा है कहणगे कि तुसीं आ लिस्ट जिहड़ी 5-6 बंदिआं दी कहा तां इह जांदा कि लोग दसणगे जी ते बस नामजदगियां अज शुरू हो गईआं ने जी। और इहदे च कांग्रेस भी उलझी हुई है जी क्योंकि उहदे जिहड़ा सुभावी उम्मीदवार सी उहदा वीडियो वायरल हो गया जी। तो सारियां पार्टियां सिर्फ इक्को पार्टी है अकाली दल जिन्हां ने पहलां ही कहाड दे बेटे नूं और दुख इस गल दा कि अलबर्टा जिहड़ी स्टेट है कनेडा दी उहने तां आग्या देती कि तुसीं दस्तार चला के मोटरसाइकिल चलाओ जी बिल्कुल। हिंदुस्तान दे विच एक साइकिल एसोसिएशन दस्तार नाल साइकिल चलाउण तों रोक रही है उगे दे टोप पा के चलाओ जी। ते इह 13 अप्रैल नूं ऐलान होया सी कि सिख जिहड़े ने अलबर्टा दे विच चला सकदे ने मोटरसाइकिल दस्तार नाल ते उहदे विच टेस्ट दित्ता भुपिंदर सिंह सिद्धू टेस्ट पास करके मोटरसाइकिल चलाउण दा जी दस्तार नाल जी ਤੇ ਉਹ ਪਹਿਲਾ ਮੋਟਰਸਾਈਕਲਿਸਟ ਬਣਿਆ ਜਿਹੜਾ ਦਸਤਾਰ ਨਾਲ ਮੋਟਰਸਾਈਕਲ ਚਲਾਊਗਾ ਐਡਮਿੰਟਨ ਦੇ ਵਿੱਚ ਚਲਾਇਆ ਜਿਸਨੇ ਜੀ। ਸੋ ਦੋ ਵੱਡੇ ਸ਼ਹਿਰ ਨੇ ਕੈਲਗਰੀ ਔਰ ਐਡਮਿੰਟਨ ਉਹਦੇ 'ਚ ਹੁਣ ਸਿੱਖ ਜਿਹੜੇ ਨੇ ਉਹ ਮੋਟਰਸਾਈਕਲ ਵੀ ਚਲਾ ਸਕਣਗੇ ਜ਼ਰੂਰੀ ਨਹੀਂ ਹੋਏਗਾ ਕੱਲ੍ਹ ਨੂੰ ਟੋਪ ਪਾਉਣਾ ਜਿਹੜਾ ਕਿ ਹਿੰਦੁਸਤਾਨ 'ਚ ਹਾਲੇ ਜ਼ਰੂਰੀ ਕੀਤਾ ਹੋਇਆ ਮੋਟਰਸਾਈਕਲ ਲਈ ਨਹੀਂ ਸਾਈਕਲ ਲਈ ਕੀਤਾ ਹੋਇਆ ਬੜਾ ਅਜੀਬ ਜੀ ਸਿਚੁਏਸ਼ਨ ਹੈ ਜੀ। ਡਾਕਟਰ ਸਾਹਿਬ ਬਹੁਤ ਧੰਨਵਾਦ ਆਪ ਜੀ ਦਾ ਸ਼ੋਅ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਧੰਨਵਾਦ ਸਾਰੇ ਦਰਸ਼ਕਾਂ ਦਾ ਹੁਣ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ।